एडीसीपी साहब ने जो ब्रीफिंग दी थी उस तो अलावा जिहड़े जो द्वारा फोरेंसिक टीम ने सर्च की है AK-47 दे सानू 31 जिहड़े राउंड मिले हैं ते 47 दी रिकवर हुई है उस ब्रश दे उत्ते उन्हें की हुई सी। उस तो अलावा एक सानू टेरस दा USA मेड पिस्टल 45 बोर रिकवर होया और दो मैगजीन जिहड़े ओ एक्स्ट्रा रिकवर होए जो एडीसीपी साहब ने दस्सिया सीगा। बाकी साडे जिहड़े फोरेंसिक टीम राती नेरा होण करके साडे तो पूरी इहदी जिहड़ी जानकारी हासिल नहीं हो सकी। हुण साडी फोरेंसिक टीम इत्थे आई है और सानू इत्थे तकरीबन सारी डिटेल लैण दे विच घट्टो घट्ट मैं मीडिया नूं रिक्वेस्ट करूंगा 1 तों 2 दिन लगणे ने, असीं एरिया सील रखांगे। और इस तो अलावा कोई ਤੁਹਾਡਾ ਕੁਐਸਚਨ ਹੈਗਾ ਤਾਂ ਮੈਂ ਦੱਸ ਸਕਦਾ। ਉੱਥੇ ਮੇਰੀ ਬੇਨਤੀ ਹੈ ਅਸੀਂ ਤੁਹਾਨੂੰ ਹਜੇ ਨਹੀਂ ਜਾਣਦੇ ਸਰ, ਪੂਰੀ ਰਿਕਵਰੀ ਕੀ ਹੈ ਸਰ? ਦੋ ਪਿਸਟਲ ਰਿਕਵਰ ਹੋਏ ਨੇ ਉੱਥੇ, ਦੋ ਪਿਸਟਲ, ਇੱਕ 45 ਬੋਰ ਦਾ, ਇੱਕ 9mm ਦਾ ਪਿਸਟਲ ਰਿਕਵਰ ਹੋਇਆ, ਇੱਕ AK-47 ਰਿਕਵਰ ਹੋਈ ਹੈ। ਸਰ ਪਤਾ ਲੱਗ ਪਾਇਆ ਕਿ ਇਹਨਾਂ ਦੇ ਨਾਲ ਕੌਣ ਸੀਗਾ ਜਿਹੜੀ ਇਸ ਲੋਕੇਸ਼ਨ 7 ਜਿਹੜੀ ਹੈ ਉਹ ਅਜੇ ਅਸੀਂ ਸਾਰਾ ਚੈੱਕ ਕਰ ਰਹੇ ਹਾਂ। ਅੱਜ ਸਾਨੂੰ ਸਾਰੀ ਡਿਟੇਲ ਇਹਦੀ ਮਿਲ ਜਾਈਏ ਤੁਹਾਨੂੰ ਅਸੀਂ ਕਨਵੇ ਕਰ। ਸਰ ਇਹ ਪਤਾ ਲੱਗ ਪਾਇਆ ਕਿ ਇਹਨਾਂ ਨੂੰ ਕੌਣ ਇਸ ਜਗ੍ਹਾ ਦੀ ਜਾਣਕਾਰੀ ਦੇ ਰਿਹਾ ਸੀ? ਇਸ ਜਗ੍ਹਾ ਦਾ ਪਤਾ ਕਿਦਾਂ ਲੱਗਦਾ ਸਾਨੂੰ? ਐਕਚੁਅਲੀ ਪਤਾ ਲੱਗਿਆ ਕਿ ਗੱਡੀ ਇਹਨਾਂ ਨੂੰ ਇੱਥੇ ਛੱਡ ਕੇ ਗਈ ਸੀਗੀ, ਜਿਹਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿਹੜੀ ਸਾਡੀ ਫਾਲੋ ਅਪ ਟੀਮ ਸੀਗੀ ਉਹ ਕੋਸ਼ਿਸ਼ ਕਰ ਰਹੇ ਹਾਂ ਛੇਤੀ ਪਹੁੰਚ ਦਾ। ਬੈਗ ਦੇ ਵਿੱਚੋਂ ਕੀ ਮਿਲਿਆ? ਜਿਹੜਾ ਬੈਗ ਕਿਹਾ ਸੀ ਬੈਗ ਦੇ ਵਿੱਚ ਇਹਨਾਂ ਦਾ ਐਮੂਨੇਸ਼ਨ ਕਾਫੀ ਸੀਗਾ ਜੋ ਇਹਨਾਂ ਨੇ ਚਲਾਇਆ ਵੀ ਹੈ, ਔਰ ਕੁਛ ਉਸ ਤੋਂ ਸਾਨੂੰ ਜਿੰਦਾ ਕਾਰਤੂਸ ਮਿਲੇ, ਕੁਛ ਇਹਨਾਂ ਦੇ ਕੱਪੜੇ ਸੀਗੇ ਔਰ ਕੁਛ ਚ ਸੀਗੇ ਔਰ ਕੁਛ ਚ ਇਹੋ ਜਿਹੀਆਂ ਸਾਨੂੰ ਚੀਜ਼ਾਂ ਮਿਲੀਆਂ ਜੋ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਅਸੀਂ ਜੀ ਵੈਰੀਫਾਈ ਕਰ ਰਹੇ ਹਾਂ। ਸਰ ਮੇਨ ਮੁੱਦਾ ਹੈਗਾ ਇਹਨਾਂ ਦਾ ਮੋਬਾਈਲ ਬਰਾਮਦ ਹੋਇਆ, ਸਾਹਮਣੇ ਦੇਖ ਕੇ ਕੋਈ ਮੋਬਾਈਲ ਬਰਾਮਦ ਹੋਇਆ? ਮੋਬਾਈਲ ਸਰ ਇਹਦੇ ਵਿੱਚ ਸਾਨੂੰ ਹਜੇ ਤੱਕ ਜਿਹੜਾ ਇੱਕ ਮੋਬਾਈਲ ਟੁੱਟਿਆ ਹੋਇਆ ਮੋਬਾਈਲ ਮਿਲਿਆ ਆ ਜਿਸ ਨੂੰ ਅਸੀਂ ਫੋਰੈਂਸਿਕ ਟੀਮ ਸਾਡੀ ਕਬਜ਼ੇ 'ਚ ਲੈ ਰਹੀ ਹੈ ਔਰ ਉਹਨੂੰ ਅੱਗੇ ਵੈਰੀਫਾਈ ਕਰ ਰਹੀ ਹੈ। ਕਿੰਨੀਆਂ ਬੁਲੇਟਸ ਟੋਟਲ ਚੱਲੀਆਂ ਸਰ? ਇਹ ਸਾਰਾ ਹਜੇ ਫੋਰੈਂਸਿਕ ਟੀਮ ਦੇਖ ਰਹੀ ਹੈ, ਰਾਤੀ ਅਸੀਂ ਨੇਰਾ ਹੋਣ ਕਰਕੇ ਦੇਖਿਆ ਨਹੀਂ ਸੀ, ਏਰੀਆ ਸੀਲ ਕਰਤਾ ਸੀਗਾ। ਹੁਣ ਸਾਡੀ ਫੋਰੈਂਸਿਕ ਟੀਮ ਸਰ ਪਹਿਲਾਂ ਬਹੁਤ ਜਾਣਕਾਰੀ ਆ ਰਹੀ ਸੀ ਕਿ 4 ਬੰਦੇ ਇਸ ਘਰ ਦੇ ਵਿੱਚ ਮੌਜੂਦ ਨੇ, 4.5 ਘੰਟੇ ਜਿਹੜੀ ਆਪਸੀ ਆਮਨੇ ਸਾਹਮਣੇ ਫਾਇਰਿੰਗ ਹੋਈ ਹੈ, ਕਾਫੀ ਸਮਾਂ ਲੱਗਿਆ 2 ਗੈਂਗਸਟਰ ਨੂੰ ਕਾਬੂ ਕਰਨ ਦੇ ਵਿੱਚ? ਐਕਚੁਅਲੀ ਜੋ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਇਹਨਾਂ ਕੋਲ ਗ੍ਰੇਨੇਡ ਵਗੈਰਾ ਹੋਣ ਕਰਕੇ ਔਰ ਅਸੀਂ ਕਾਫੀ ਕੋਸ਼ਿਸ਼ ਕੀਤੀ ਇਹਨਾਂ ਨੂੰ ਸਰੈਂਡਰ ਕਰਾਉਣ ਦੀ, ਜਿਹਦੇ ਵਿੱਚ ਸਾਡਾ ਕਾਫੀ ਟਾਈਮ ਲੱਗਿਆ। ਅਸੀਂ ਚਾਹੁੰਦੇ ਸੀਗੇ ਵੀ ਇਹਨਾਂ ਨੂੰ ਸਾਡੇ ਕੋਲ ਜਿੰਦਾ ਫੜੇ ਜਾਂਦੇ, ਇਸ ਕਰਕੇ ਸਾਡੀ ਟੀਮਾਂ ਦਾ ਪਹਿਲਾਂ ਜ਼ੋਰ ਇਹ ਹੁੰਦਾ ਵੀ ਜਿੰਦਾ ਫੜੇ ਜਾਣ, ਪਰ ਜਦੋਂ ਉਹਨਾਂ ਨੇ ਫਾਇਰਿੰਗ ਰੋਕੀ ਨਹੀਂ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜੇ ਉਹ ਦੋਨੋਂ ਮਾਰੇ ਗਏ। ਔਰ ਜਿਹੜੇ ਬੰਦੇ ਜਿਹੜੇ ਫਰੋਮ ਵੈਰੀ ਫਸਟ ਟਾਈਮ ਜਦੋਂ ਅਸੀਂ ਘੇਰਾ ਪਾਇਆ ਸੀ ਉਸ ਤੋਂ ਬਾਅਦ 2 ਹੀ ਸੀਗੇ, ਕੋਈ ਬੰਦਾ ਉੱਥੋਂ ਭੱਜਿਆ ਨਹੀਂ ਗਾ, ਬਾਅਦ ਦੇ ਵਿੱਚ ਦੋਨੋਂ ਸੀ, ਦੋਨੋਂ ਦੇ ਦੋਨੋਂ ਮਾਰੇ। ਸਭ ਕੋਈ ਨਸ਼ਾ ਬਰਾਮਦ ਹੋਇਆ, ਕੋਈ ਨਸ਼ਾ ਕਰਦੇ ਸੀਗੇ ਇਹ? ਕਿਉਂਕਿ ਇਹ ਸਾਹਮਣੇ ਆਇਆ ਸੀਗਾ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਉਦੋਂ ਸਾਹਮਣੇ ਵਿੱਚ ਸੀਗੇ ਸਰ। ਐਕਚੁਅਲੀ ਸਾਨੂੰ ਉੱਥੋਂ ਕੁਝ ਗੋਲੀਆਂ ਮਿਲੀਆਂ ਜਿਹਦੀ ਫੋਰੈਂਸਿਕ ਟੀਮ ਸਾਡੀ ਕਰ ਰਹੀ ਹੈ, ਉਹ ਦੇਖਾਂਗੇ ਅਸੀਂ ਕਾਹਦੀਆਂ ਨੇ। ਪੋਸਟਮਾਰਟਮ ਬਾਅਦ ਵਿੱਚ ਕੀਤਾ ਜਾਏਗਾ ਜੀ? ਪੋਸਟਮਾਰਟਮ ਲਈ ਬੋਡੀਆਂ ਉੱਥੇ ਭੇਜ ਦੀਆਂ ਸੀਗੀਆਂ, ਰਾਤ ਨੂੰ ਅਸੀਂ ਅੱਜ ਹੋਏਗਾ। ਇਹਨਾਂ ਨੂੰ ਕਿੰਨੇ ਦਿਨਾਂ ਤੋਂ ਰਹਿ ਰਹੇ ਸੀ? ਪਾਕਿਸਤਾਨ ਤੋਂ ਕਿਉਂ ਆਏ ਫਿਰ ਇਹਨੇ? ਪਾਕਿਸਤਾਨ ਜਾਣ ਦਾ ਕੋਈ ਨਹੀਂ, ਅਭੀ ਇਸ ਕੇ ਬਾਰੇ ਮੈਂ ਕੁਝ ਨਹੀਂ ਕਹਿੰਦਾ। ਪਾਕਿਸਤਾਨ ਦਾ ਕੋਈ ਲਿੰਕ ਜੁੜਿਆ ਜਾ ਰਿਹਾ ਹੈ? ਅਜੇ ਸਾਡੇ ਕੋਈ ਇਨਫੋਰਮੇਸ਼ਨ ਨਹੀਂ ਹੈ ਇਸ ਲੋਕੇਸ਼ਨ ਦੇ। ਕਿੰਨੇ ਦਿਨਾਂ ਤੋਂ ਜਾਲੀ ਕੋਈ ਜਾਲੀ ਪਾਸਪੋਰਟ ਬਰਾਮਦ ਹੋਇਆ ਹੈ? ਕਿਉਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਜਾਲੀ ਪਾਸਪੋਰਟ ਬਣਾਉਣ ਦੀ ਸਲਾਹ ਦਿੱਤੀ ਸੀ। ਕੋਈ ਨਵੀਂ ਡਾਕੂਮੈਂਟ ਕੋਈ ਡਾਕੂਮੈਂਟ ਜਿਹੜੀ ਉਹ ਨਹੀਂ ਹੈ। ਕਿੰਨੇ ਦਿਨਾਂ ਤੋਂ ਸੀਗੇ ਸਰ ਇਸ ਲੋਕੇਸ਼ਨ ਤੇ? ਕੁਝ ਇਹ ਕੱਲ ਦਾ ਹੀ ਸਾਨੂੰ ਪਤਾ ਲੱਗਾ, ਕੱਲ ਹੀ ਇੱਥੇ ਆਏ ਸੀ। ਜਿਹੜੇ ਰੌਂਦ ਮਿਲੇ ਸਰ ਉਹ ਕਿੱਥੋਂ ਦੇ ਬਣੇ ਹੋਏ ਨੇ ਕੁਝ ਪਤਾ ਲੱਗਿਆ ਜਿਹੜੇ? ਉਹ ਅਸੀਂ ਵੈਰੀਫਾਈ, ਉਹ ਫੋਰੈਂਸਿਕ ਟੀਮ ਸਾਨੂੰ ਰਿਪੋਰਟ ਦੇਗੀ, ਉਸ ਤੋਂ ਬਾਅਦ ਪਤਾ ਲੱਗੇਗਾ। AK-47 ਜਿੰਦਾ ਰਾਊਂਡ ਤੇ ਸਾਨੂੰ ਮੈਗਜ਼ੀਨ ਦੇ ਵਿੱਚ ਲੋਡ ਮਿਲੇ ਨੇ ਔਰ ਉਹਨੇ ਬ੍ਰਸ਼ ਦੇ ਉੱਤੇ ਕੀਤੀ ਹੋਈ ਸੀ ਕਿਉਂਕਿ ਉਹਨੂੰ ਪਤਾ ਸੀਗਾ ਉਹਨਾਂ ਸਾਹਮਣੇ ਦੇਖਿਆ ਸੋ ਚਾਹੁੰਦਾ ਸੀਗਾ ਪੁਲਿਸ ਪਾਰਟੀ ਦਾ ਜ਼ਿਆਦਾ ਤੋਂ ਜ਼ਿਆਦਾ ਸਰ AK-47 ਜਿਹੜੀ ਪਬਲਿਕ ਦਾ ਜ਼ਿਆਦਾ ਤੋਂ ਜ਼ਿਆਦਾ ਸਰ AK-47 ਜਿਹੜੀ ਹੈਗੀ ਅਸੀਂ ਮੰਨ ਕੇ ਚੱਲੀਏ ਕਿ ਉਹੀ AK-47 ਹੈ ਜਿਹਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ। ਐਕਚੁਅਲੀ ਜਿਹੜੀ ਫੋਰੈਂਸਿਕ ਟੀਮ ਹੈ ਉਹ ਸਾਨੂੰ ਸਾਰੀ ਡਿਟੇਲ ਰਿਪੋਰਟ ਦਊਗੀ, ਉਹ ਪੁਰਾਣੇ ਉੱਥੋਂ ਦੇ ਵੀ ਇਹੋ ਫੋਰੈਂਸਿਕ ਟੀਮ ਗਈ ਸੀ, ਇਸੇ ਕਰਕੇ ਅਸੀਂ ਫੋਰੈਂਸਿਕ ਟੀਮ ਉੱਥੇ ਗਏ। ਸੋ ਥੈਂਕ ਯੂ ਵੈਰੀ ਮਚ। ਸੋ ਮੈਂ ਰਿਕੁਐਸਟ ਕਰੂੰਗਾ ਵੀ ਤੁਸੀਂ ਹੁਣ ਪਲੀਜ਼, ਮਤਲਬ ਕਿ ਅਸੀਂ ਤੁਹਾਨੂੰ 2 ਦਿਨ ਵੀ ਉੱਥੇ ਨਹੀਂ ਜਾਣ ਦੇ ਸਕਦੇ, ਬਾਕੀ ਮੈਂ ਆਫਿਸਰ ਜਿਸ ਤਰ੍ਹਾਂ ਕਹਿਣ।